ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੋਈ ਵੀ ਰਿਸ਼ਤੇਦਾਰ ਜਾਂ ਕੋਈ ਵਲੰਟੀਅਰ ਕਿਸੇ ਵੀ ਕੰਮ ਵਿੱਚ ਦਖਲਅੰਦਾਜ਼ੀ ਨਾ ਦੇਵੇ। ਪਰ ਭਗਵੰਤ ਮਾਨ ਦੇ ਹੁਕਮਾਂ ਦੀ ਕਿਤੇ ਨਾ ਕਿਤੇ ਤਾਲੀਮ ਨਹੀਂ ਹੋ ਰਹੀ, ਜਿਸ ਦੇ ਤਹਿਤ ਨਾਭਾ ਵਿਖੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਵਲੰਟੀਅਰ ਰਾਜੇਸ਼ ਕੁਮਾਰ ਵੱਲੋਂ ਨਗਰ ਕੌਂਸਲ ਵਿੱਚ ਆ ਕੇ ਹਾਜ਼ਰੀ ਰਜਿਸਟਰ ਵਿੱਚ ਸਫਾਈ ਸੇਵਕਾਂ ਦੀ ਗੈਰ ਹਾਜ਼ਰੀ ਲਗਾਉਣ ਦੇ ਆਰੋਪ ਲੱਗੇ ਹਨ ਅਤੇ ਸਫਾਈ ਸੇਵਕਾਂ ਵੱਲੋਂ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਦੇ ਵਲੰਟੀਅਰ ਇਸੇ ਤਰ੍ਹਾਂ ਸਾਡੇ ਕੰਮ ਵਿੱਚ ਦਖਲਅੰਦਾਜ਼ੀ ਕਰਨਗੇ ਤਾਂ ਅਸੀਂ ਵੱਡਾ ਸੰਘਰਸ਼ ਉਲੀਕਾਂਗੇ। ਜਦੋਂ ਇਸ ਸੰਬੰਧੀ ਵਲੰਟੀਅਰ ਰਾਜੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਤਾਂ ਹਲਕਾ ਵਿਧਾਇਕ ਦੇਮਾਨ ਵੱਲੋਂ ਭੇਜਿਆ ਗਿਆ ਸੀ। ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸੁਖਦੀਪ ਕੰਬੋਜ ਨੇ ਕਿਹਾ ਕਿ ਕਿਸੇ ਵੀ ਵਲੰਟੀਅਰ ਨੂੰ ਅਧਿਕਾਰ ਨਹੀਂ ਹੈ ਕਿ ਉਹ ਹਾਜ਼ਰੀ ਰਜਿਸਟਰ ਤੇ ਕਿਸੇ ਵੀ ਸਫਾਈ ਸੇਵਕ ਦੀ ਗੈਰ ਹਾਜ਼ਰੀ ਲਗਾਏ। ਇਸ ਸੰਬੰਧੀ ਜਦੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦਾ ਪੱਖ ਲਿਆ ਤਾਂ ਉਹਨਾਂ ਨੇ ਕਿਹਾ ਜੋ ਵਲੰਟੀਅਰ ਹੈ ਮੈਂ ਅਪੁਆਇੰਟ ਕੀਤਾ ਅਤੇ ਉਹ ਕਿਤੇ ਵੀ ਜਾ ਕੇ ਚੈਕਿੰਗ ਕਰ ਸਕਦਾ। ਇਹ ਸਾਡੇ ਸੀਐਮ ਜਿਹੜੇ ਬਣੇ ਆ ਭਗਵੰਤ ਮਾਨ ਜੀ, ਹੁਣ ਤਾਂ ਕਹਿੰਦੇ ਵੀ ਅਸੀਂ ਆਮ ਬੰਦੇ ਆ, ਇਹ ਗਰੀਬਾਂ ਦੇ ਜੋ ਕਰ ਰਹੇ ਆ, ਅਸਲੀ ਝਾੜੂ ਵਾਲੇ ਦਾ ਗੈਰ ਹਾਜ਼ਰੀ ਆਪਾਂ ਦੇ ਕਿਸੇ ਦੇ ਕਹੇ ਤੇ, ਕਿਸੇ ਦੀ ਉਂਗਲੀ ਦੇ ਕਹੇ ਤੇ, ਇਹਨਾਂ ਨੂੰ ਪਤਾ ਨਹੀਂ ਅਸੀਂ ਕੌਣ ਆ। ਅਸੀਂ 50 ਲੱਖ ਮੁਲਾਜ਼ਮ 5 ਸਾਲ ਲੜਿਆ ਸਰਕਾਰ ਨਾਲ, ਆਪਣੀਆਂ ਤਰ੍ਹਾਂ ਮੰਗਾਂ ਪ੍ਰਾਪਤ ਕਰੀਆ। ਇਹ ਮੈਂ ਮਾਨ ਨੂੰ ਬੇਨਤੀ ਕਰਦਾ, ਆਹ ਤੁਹਾਡੇ ਸੈਕਟਰੀ ਆ ਜਿਹੜੇ ਬਦਤਮੀਜ਼ੀ ਆ ਸਾਡੀਆਂ ਤੀਵੀਆਂ ਨੂੰ ਬੋਲ ਕੇ ਗਏ ਆ, ਆਹ ਸਾਡਾ ਪੰਜਾਬ ਦਾ ਚੇਅਰਮੈਨ ਆ, ਇਹਨਾਂ ਨੂੰ ਬਦਤਮੀਜ਼ੀ ਨਾਲ ਬੋਲ ਕੇ ਬੋਲੇ, ਇਹਨਾਂ ਦਾ ਕੀ ਅਧਿਕਾਰ ਆ। ਸਾਡੀ ਔਰਤ ਨੂੰ ਮਾਇਆਵਤੀ ਨੇ ਕਾਨੂੰਨ ਪਾਸ ਕਰਿਆ ਪਿਆ, ਸਾਡੀ ਔਰਤ 1.5 ਘੰਟਾ ਲੇਟ ਆ ਸਕਦੀ ਆਪਣੇ ਬੱਚਿਆਂ ਨੂੰ ਤਿਆਰ ਕਰਕੇ, ਆਪਣੇ ਪੜ੍ਹਾਈ ਲਿਖਾਈ ਕਰਕੇ। ਹਰ ਇੱਕ ਨੂੰ ਇਹ ਤਾਨਾਸ਼ਾਹੀ ਕਰਦੇ ਆ, ਇਹ 75 ਸਾਲ ਹੋ ਗਏ ਦੇਸ਼ ਆਜ਼ਾਦ ਆਈ ਨੂੰ, ਇਹ ਹੁਣ ਤਾਨਾਸ਼ਾਹੀ ਨਹੀਂ ਚੱਲੂਗੀ। ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਸਮਝਾਇਆ ਜਾਵੇ, ਇਹ ਜਿਹੜੇ ਕਿਸੇ ਦੀਆਂ ਉਂਗਲੀਆਂ ਜਾ ਕੇ ਕੰਮ ਕਰਦੇ ਆ, ਇਹ ਮੁਲਾਜ਼ਮ ਆ, ਇਹ ਕਿਸੇ ਦੇ ਗੁਲਾਮ ਨਹੀਂ। ਇੰਨੀਆਂ ਆਹ ਸਾਡੇ ਠੇਕੇਦਾਰ ਦੇ ਲੋਕ ਜਿਹੜੀਆਂ ਤਨਖਾਹਾਂ 4-4 ਮਹੀਨੇ ਹੋ ਮਿਲੀ ਜਾਣੀ, ਆਹ ਮੋਟਰਾਂ ਵਾਲੇ 15-15 ਸਾਲ ਹੋ ਗਏ ਲੱਗੇ, ਸਾਨੂੰ ਤਨਖਾਹ ਨਹੀਂ ਮਿਲੀ, ਸਾਡੇ ਤੋਂ ਉਲਟਾ ਤਾਨਾ ਚਾਹੀਏ। 4-4 ਮਹੀਨੇ ਹੋ ਗਏ ਜੀ, 4-4 ਮਹੀਨੇ ਠੇਕੇਦਾਰ ਨੂੰ ਚੱਕ ਦੇ ਤਾ, ਉਹਨੇ ਕੱਟਿਆ ਵੀ ਹੋਣੀ ਹਾਲੇ ਤੱਕ, ਇਹ ਕਮੇਟੀ ਦੇ ਵੀ ਪੁੱਛਿਆ ਜਾਵੇ। ਅਸੀਂ ਇਹਨਾਂ ਦੇ ਪਰਦੇ ਖੋਲਣੇ ਨਹੀਂ ਚਾਹੁੰਦੇ, ਸਾਡੇ ਗਰੀਬ ਬੰਦੇ ਨੂੰ ਹਰ ਇੱਕ ਨੂੰ ਪੁੱਛਦੇ ਆ, ਇਹ ਗੁੰਡਾਗਰਦੀ ਅਸੀਂ ਸਹੀ। ਮਾਨ ਸਾਹਿਬ ਤੁਹਾਨੂੰ ਬੇਨਤੀ ਕਰਦੇ ਆ, ਜੇ ਸਰਕਾਰਾਂ ਚਲਾਉਣੀ ਅਕਲਾਂ ਨਾਲ ਚਲਾਓ, ਸਾਡੇ ਪ੍ਰਾਈਵੇਟਾਂ ਨੂੰ ਇਹਨਾਂ ਦੇ ਠੇਕੇਦਾਰਾਂ ਦੇ ਬੰਦੇ ਗੁੰਡਾਗਰਦੀ ਸਾਡੀ ਬੱਤੀਵੀਆਂ ਨੂੰ ਬਦਤਮੀਜ਼ੀਆਂ ਨਾਲ ਬੋਲਦੇ ਆ, ਉਹ ਹੁਣ ਅੱਤੇ ਉਰੇ ਕੂੜਾ ਨਹੀਂ ਕਰਨੇ। ਜੇ ਉਹ ਵਿਚਾਰੀ ਆ ਆਪਣੇ 4-4 ਹਜ਼ਾਰ 3-3 ਹਜ਼ਾਰ ਕਮਾਉਂਦੀ ਆ, ਉਹ ਆਪਣੇ ਬੱਚੇ 80% ਉਹ ਕਿਵੇਂ ਬੱਚੇ ਪਾਲਣ ਆਪਣੇ। ਇਹਨਾਂ ਨੇ ਸਾਡੀਆਂ ਸਰਕਾਰਾਂ ਨੇ ਉਹ ਗਰੀਬਾਂ ਦਾ ਕੂੜਾ ਖੂਹਾ ਖੋ ਕੇ ਠੇਕੇਦਾਰੀਆਂ ਦੇ ਪੇਟ ਚੜ੍ਹਾ ਦਿੱਤੀ, ਇਹਨਾਂ ਨੂੰ ਆਪ ਨੋਟ ਮਿਲਦੇ ਆ ਠੇਕੇਦਾਰੀਆਂ 'ਚ। ਮਾਨ ਸਾਹਿਬ ਨੂੰ ਮੈਂ ਬੇਨਤੀ ਕਰਦਾ, ਮੁੱਖ ਮੰਤਰੀ ਨੂੰ, ਜੇ ਤਾਂ ਤੁਹਾਡੇ ਸਰਕਾਰ ਚਲਾਉਣੀ ਆ ਜਾਂ ਇਹੀ ਕੰਮ ਰੱਖਣਾ, ਤੁਹਾਡਾ ਕੁਛ ਨਹੀਂ ਰਹਿਣਾ ਉਰੇ। ਅਸੀਂ ਬਾਬਾ ਸਾਹਿਬ ਦੀ ਲਾਦ ਆ, ਅਸੀਂ ਇਹਨਾਂ ਤੋਂ ਡਰਾਂਗੇ ਨਹੀਂ, ਆ ਬਦਤਮੀਜ਼ੀ ਨਾਲ ਅਸੀਂ ਰਫਤ ਵੀ ਲਿਖਾਵਾਂਗੇ ਅੱਜ। ਮੈਂ ਇਹੀ ਮੈਂ ਬੇਨਤੀ ਕਰਦਾ ਵੀ ਸਾਡੀਆਂ ਜਿਹੜੀਆਂ ਮੰਗਾਂ ਬਦਤਮੀਜ਼ੀ ਨਾਲ ਸਾਡੇ ਬੰਦਿਆਂ ਨੂੰ ਗੈਰ ਹਾਜ਼ਰ ਕਰਕੇ ਗਏ ਆ, ਉਹਦਾ ਠੇਕੇਦਾਰੀ ਸਿਸਟਮ ਆ, ਆ ਸਾਡੀਆਂ ਤਨਖਾਹਾਂ ਦਾ ਹਾਲ ਦੇਖ ਲਓ, ਗੁੰਡਾਗਰਦੀ ਕਰਦੇ ਆ, ਇਹ ਕਿਸੇ ਦੀਆਂ ਉਂਗਲੀਆਂ ਤੇ ਆ ਕੇ। ਮਾਨ ਸਾਹਿਬ ਇਹਨਾਂ ਨੂੰ ਸਮਝਾ ਦਿਓ। ਨਹੀਂ, ਮੇਰੇ ਪਾਸ ਮੀਟਿੰਗ ਕਰਨੇ ਕੀ, ਤੋ ਮਾਨ ਸਾਹਿਬ ਨੇ ਮੈਨੂੰ ਬੋਲਾ ਮੀਟਿੰਗ ਕਰਕੇ ਆਓ, ਮੈਂ ਮੀਟਿੰਗ ਕਰਨੇ ਆਇਆ। ਮੀਟਿੰਗ ਕਰਨੇ ਹੋ? ਹਾਂ, ਮੀਟਿੰਗ ਕਰ। ਹਾਂ, ਇਹ ਕੌਣ ਇਨਸੇ ਸਾਹਿਬ? ਮੈਂ ਸੈਨੇਟਰੀ ਵਾਲਾ। ਆਪ ਕੌਣ ਹੋ? ਮੈਂ ਸੈਨੇਟਰੀ ਵਾਲੋਂ ਕੇ ਸਾਥ ਮਾਨ ਸਾਹਿਬ ਨੇ ਬੋਲਾ ਮੀਟਿੰਗ ਕਰ। ਆਪਕਾ ਅਹੁਦਾ ਕਿਆ ਹੈ? ਮੇਰਾ ਕੋਈ ਅਹੁਦਾ ਨਹੀਂ, ਵਾਲੰਟੀਅਰ ਕੰਮ ਕਰੂੰਗਾ। ਆਪ ਪਾਰਟੀ ਸੇ? ਦਿੱਲੀ ਸੇ ਹੈ ਆਪ? ਨਹੀਂ, ਮੈਂ ਦਿੱਲੀ ਸੇ ਨਹੀਂ, ਨਾਭਾ ਸੇ। ਹੈ? ਨਾਭਾ ਸੇ। ਨਾਭਾ ਸੇ। ਮੁਲਾਜ਼ਮਾਂ ਦੀ ਚੈਕਿੰਗ ਕਰ ਰਹੇ ਹੋ? ਕਿਵੇਂ ਮੈਂ ਤਾਂ ਮਾਨ ਸਾਹਿਬ ਨੇ ਭੇਜਿਆ ਸੀ ਵਾਲੰਟੀਅਰ ਐਜ਼ ਅ ਵਾਲੰਟੀਅਰ ਕਰ। ਠੀਕ ਜੀ, ਕੌਣ ਆਇਆ ਸੀ ਅੱਜ? ਮੈਂ ਤਾਂ ਹੁਣੇ SDM ਸਾਹਿਬ ਦੀ ਮੀਟਿੰਗ ਤੋਂ ਆਇਆ ਜੀ। ਹਾਂ, ਉਹਦੇ ਵਿੱਚ ਉਸ ਟਾਈਮ ਮੈਂ ਇੱਥੇ ਨਹੀਂ ਸੀ, ਪਰ ਸੁਣਨ ਵਿੱਚ ਆਇਆ ਹੈ ਕਿ MLA ਸਾਹਿਬ ਦੇ ਕੋਈ PA ਹੈ ਦਿੱਲੀ ਤੋਂ ਰੱਖੇ, ਮਿਸਟਰ ਰਜੇਸ਼ ਕੁਮਾਰ ਜੀ, ਉਹਨਾਂ ਨੇ ਜਾ ਕੇ ਉੱਥੇ ਐਬਸੈਂਟ ਵਗੈਰਾ ਸਵੀਪਰਾਂ 'ਚ ਲਾਈ ਹੈ ਜੀ, ਬਸ ਇੰਨਾ ਹੀ ਪਤਾ ਲੱਗਿਆ। ਬਿਲਕੁਲ, ਮੈਂ ਨਾ ਜਿਹੜੇ ਸਾਡੇ ਸਫਾਈ ਕਰਮਚਾਰੀ ਨੇ ਸਾਡੇ SC ਸਮਾਜ 'ਚੋਂ ਨੇ, ਮੈਂ ਵੀ ਉਹਨਾਂ ਦਾ ਬਹੁਤ ਰਿਗਾਰਡ ਕਰਦਾ। ਮੈਂ ਜਦੋਂ ਦਾ MLA ਬਣਿਆ ਮੈਂ ਲਗਾਤਾਰ ਬੇਨਤੀ ਕਰ ਰਿਹਾ ਕਿ ਤੁਸੀਂ ਡਿਊਟੀ ਆਪਣੀ ਇਮਾਨਦਾਰੀ ਨਾਲ ਕਰੋ। ਸਾਨੂੰ 10-15 ਮੁਲਾਜ਼ਮਾਂ ਦੀ ਕੰਪਲੇਂਟ ਲਗਾਤਾਰ ਆ ਰਹੀ ਆ ਕਿ ਜੀ ਉਹ 40-40 ਹਜ਼ਾਰ ਰੁਪਏ ਲੈਂਦੇ ਨੇ ਤਨਖਾਹ, ਔਰ ਆਪਣੀ ਜਗ੍ਹਾ ਉਹਨਾਂ ਨੇ 2-2, 3-3, 4-4 ਹਜ਼ਾਰ ਰੁਪਏ ਦੇ ਬੰਦਾ ਕੋਈ ਹੋਰ ਰੱਖਿਆ ਜਾਂ ਲੇਡੀ ਰੱਖੀ ਹੋਈ ਜਾਂ ਕੋਈ ਜੈਂਟਸ ਰੱਖਿਆ, ਇਹ ਤਾਂ ਗੱਲ ਗਲਤ ਆ ਨਾ ਜੀ। ਉਹਨਾਂ ਦੀ ਅੱਜ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ। MLA ਕਿੱਥੇ ਕਿੱਥੇ ਜਾਊਗਾ ਜੀ? MLA ਨੇ ਇੱਕ ਟੀਮ ਸੈੱਟ ਕੀਤੀ ਹੋਈ ਆ, ਰਜੇਸ਼ ਸ਼ਰਮਾ ਮੇਰੇ ਨਾਲ ਖੜੇ ਨੇ, ਇਹ ਨਗਰ ਕੌਂਸਲ ਨਾਭਾ ਦੇਖ ਰਿਹਾ। ਇਸੇ ਤਰੀਕੇ ਨਾਲ ਜਿਹੜੀਆਂ ਨਹਿਰਾਂ ਦੀ ਸਫਾਈ ਹੋ ਰਹੀ ਹੈ ਉਹਦਾ ਵੱਖਰਾ ਡਿਪਾਰਟਮੈਂਟ ਲਾਇਆ, ਇਸੇ ਤਰੀਕੇ ਨਾਲ ਜਿਹੜੀਆਂ ਡਰੇਨ ਡਿਪਾਰਟਮੈਂਟ ਆ ਨਹਿਰੀ ਬਰਸਾਤੀ ਨਾਲ, ਉਹਦਾ ਵੱਖਰਾ ਵੱਖਰਾ ਮੋਨੀਟਰਿੰਗ ਹੋ ਰਹੀ ਆ। ਨਾਭਾ ਸ਼ਹਿਰ ਦੀ ਅਲੱਗ ਅਲੱਗ ਵੱਖਰੀ ਮੀਟਿੰਗ ਹੋ ਰਹੀ ਆ। ਜਿਹੜੀਆਂ
ਜਿਹੜੀਆਂ ਕੀ ਨੇ ਪੈਨਸ਼ਨਾਂ ਨੇ ਉਹਦਾ ਇੱਕ ਵੱਖਰਾ ਡਿਪਾਰਟਮੈਂਟ ਲਾਇਆ ਹੈ, ਠੀਕ ਹੈ ਨਾ। ਉਹ ਅਲੱਗ ਅਲੱਗ ਸਾਰੇ ਡਿਪਾਰਟਮੈਂਟ ਬੁਲਾਏ ਹੋਏ ਆ, ਵਲੰਟੀਅਰ ਨੇ ਜੀ, ਇਹ ਮੈਂ ਨੋਮੀਨੇਟ ਕੀਤੇ ਹੋਏ ਨੇ। ਤਾਂ ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ ਯੂਟਿਊਬ 'ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦੱਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।